ਬਹੁਗਿਣਤੀ ਲੋਕਾਂ ਨੇ ਕਿਹਾ ਨਹੀਂ ਨਹੀਂ ਤੂੰ ਗਲਤ ਕੀਤਾ, ਇਹ ਕਲਾਕਾਰ ਦੀ ਗਰੋਥ ਰੁਕ ਜਾਂਦੀ ਹੈ। ਮੈਂ ਕਿਹਾ ਵੀ ਜੇ ਸਿਨੇਮੇ ਜਾ ਕੇ ਅਸੀਂ ਗਾਲਾਂ ਕੱਢਣੀਆਂ ਉਹ ਕਿਹੜੀ ਗਰੋਥ ਹੁੰਦੀ ਹੈ? ਜਿਹੜੀ ਚੀਜ਼ ਕਰਕੇ ਮੈਨੂੰ ਆਪ ਖੁਦ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ, ਜਿਹੜੀ ਚੀਜ਼ ਸਿਨੇਮੇ 'ਚ ਲਿਆ ਕੇ ਮੈਂ ਆਪਣੀ ਫੈਮਿਲੀ ਨੂੰ ਨਾ ਦਿਖਾ ਸਕਾਂ, ਉਹ ਕੰਮ ਮੈਂ ਕਿਉਂ ਕਰਾਂ? ਬਹੁਤ ਵਾਰ ਮੈਨੂੰ ਇਹੋ ਜਿਹੀ ਫਿਲਮਾਂ ਦੀ ਵੀ ਔਫਰ ਆਏ ਵੀ ਤੁਸੀਂ ਆਹ ਫਿਲਮਾਂ ਜਾਪ ਕਰਨ, ਖਾਸ ਕਰਕੇ ਓ ਟੀ ਟੀ 'ਤੇ ਜਿਹੜੀਆਂ ਵੈੱਬ ਸੀਰੀਜ਼ ਬਣਦੀਆਂ ਨੇ। ਮੈਂ 16-17 ਵੱਡੇ ਬੈਨਰ ਦੀਆਂ ਵੈੱਬ ਸੀਰੀਜ਼ ਛੱਡਤੀਆਂ ਸਿਰਫ ਇਸ ਚੱਕਰ 'ਚ ਵੀ ਮੈਨੂੰ ਕਰੈਕਟਰ ਪਸੰਦ ਨਹੀਂ ਸੀ। ਮੈਂ ਕਿਹਾ ਜੀ ਇਹ ਮੇਰੇ ਕਰਨ ਦਾ ਕੰਮ ਹੀ ਨਹੀਂ ਹੈ। ਬਹੁਤ ਸਾਰੇ ਫਿਰ ਲੋਕਾਂ ਨੇ ਡਿਸਕਸ ਵੀ ਕੀਤੀ ਵੀ ਕੀ ਮੈਂ ਠੀਕ ਕੀਤਾ ਗਲਤ ਕੀਤਾ, ਉਹਦੇ ਵਿੱਚੋਂ ਬਹੁਗਿਣਤੀ ਲੋਕਾਂ ਨੇ ਕਿਹਾ ਨਹੀਂ ਨਹੀਂ ਤੂੰ ਗਲਤ ਕੀਤਾ, ਇਹ ਕਲਾਕਾਰ ਦੀ ਗਰੋਥ ਰੁਕ ਜਾਂਦੀ ਹੈ। ਮੈਂ ਕਿਹਾ ਵੀ ਜੇ ਸਿਨੇਮੇ ਜਾ ਕੇ ਅਸੀਂ ਗਾਲਾਂ ਕੱਢਣੀਆਂ ਉਹ ਕਿਹੜੀ ਗਰੋਥ ਹੁੰਦੀ ਹੈ? ਸੋ ਮੈਂ ਸਮਝਦਾ ਕਿ ਅਸੀਂ ਸਿਰਫ ਇੱਕੋ ਇੱਕ ਚੀਜ਼ ਚਾਹੁੰਦੇ ਸੀ ਕਿ ਸਾਨੂੰ ਲੱਗਦਾ ਸੀ ਕਿ ਉਸ ਸਿਨੇਮੇ ਦਾ ਹਿੱਸਾ ਬਣੀਏ ਜਿਹੜਾ ਸਿਨੇਮੇ ਲਈ ਅਸੀਂ ਪ੍ਰਾਊਡਲੀ ਕਹਿ ਸਕੀਏ ਕਿ ਮੈਂ ਇਸ ਚੀਜ਼ ਦਾ ਹਿੱਸਾ ਪਾਰਟ ਹਾਂ। ਮਨਸੂਬਾ ਫਿਲਮ ਕਰਦੇ ਹਾਂ ਜਿਵੇਂ ਅਸੀਂ ਅਸੀਸ ਫਿਲਮ ਕਰਦੇ ਹਾਂ, ਜਿਵੇਂ ਅਸੀਂ ਰਣਵੀਰ ਦੀਆਂ ਦੂਜੀਆਂ ਫਿਲਮਾਂ ਕੀਤੀਆਂ। ਸੋ ਅਸੀਂ ਹਰ ਬੰਦੇ ਨੂੰ, ਹਰ ਆਪਣੇ ਭੈਣ ਭਾਈ ਨੂੰ, ਹਰ ਧੀ ਪੁੱਤ ਨੂੰ ਕਹਿ ਸਕਦੇ ਹਾਂ ਮੈਂ ਫਲਾਣੀ ਫਿਲਮ ਕਰਕੇ ਆਇਆ ਬੜੀ ਸ਼ਾਨ ਦੇ ਨਾਲ। ਜਿਹੜੀ ਚੀਜ਼ ਕਰਕੇ ਮੈਨੂੰ ਆਪ ਖੁਦ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ, ਜਿਹੜੀ ਚੀਜ਼ ਸਿਨੇਮੇ 'ਚ ਲਿਆ ਕੇ ਮੈਂ ਆਪਣੀ ਫੈਮਿਲੀ ਨੂੰ ਨਾ ਦਿਖਾ ਸਕਾਂ, ਉਹ ਕੰਮ ਮੈਂ ਕਿਉਂ ਕਰਾਂ? ਸੋ ਅਸੀਂ ਇਹੋ ਜਿਹੀ ਤਬੀਅਤ ਦੇ ਮਾਲਕ ਹਾਂ। ਜੋ ਲੋਕ ਕਰਦੇ ਨੇ ਉਹਨਾਂ ਦੇ ਹਿੱਸਾ, ਉਹਨਾਂ ਦੀ ਮਰਜ਼ੀ ਹੈ, ਉਹ ਜਿਵੇਂ ਕਰਦੇ ਨੇ ਉਹ ਕਰ ਸਕਦੇ ਨੇ ਲੋਕ। ਬਹੁਗਿਣਤੀ ਲੋਕਾਂ ਨੇ ਕਿਹਾ ਨਹੀਂ ਨਹੀਂ ਤੂੰ ਗਲਤ ਕੀਤਾ, ਇਹ ਕਲਾਕਾਰ ਦੀ ਗਰੋਥ ਰੁਕ ਜਾਂਦੀ ਹੈ। ਮੈਂ ਕਿਹਾ ਵੀ ਜੇ ਸਿਨੇਮੇ ਜਾ ਕੇ ਅਸੀਂ ਗਾਲਾਂ ਕੱਢਣੀਆਂ ਉਹ ਕਿਹੜੀ ਗਰੋਥ ਹੁੰਦੀ ਹੈ? ਜਿਹੜੀ ਚੀਜ਼ ਕਰਕੇ ਮੈਨੂੰ ਆਪ ਖੁਦ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ, ਜਿਹੜੀ ਚੀਜ਼ ਸਿਨੇਮੇ 'ਚ ਲਿਆ ਕੇ ਮੈਂ ਆਪਣੀ ਫੈਮਿਲੀ ਨੂੰ ਨਾ ਦਿਖਾ ਸਕਾਂ, ਉਹ ਕੰਮ ਮੈਂ ਕਿਉਂ ਕਰਾਂ? ਬਹੁਤ ਵਾਰ ਮੈਨੂੰ ਇਹੋ ਜਿਹੀ ਫਿਲਮਾਂ ਦੀ ਵੀ ਔਫਰ ਆਏ ਵੀ ਤੁਸੀਂ ਆਹ ਫਿਲਮਾਂ ਜਾਪ ਕਰਨ, ਖਾਸ ਕਰਕੇ ਓ ਟੀ ਟੀ 'ਤੇ ਜਿਹੜੀਆਂ ਵੈੱਬ ਸੀਰੀਜ਼ ਬਣਦੀਆਂ ਨੇ। ਮੈਂ 16-17 ਵੱਡੇ ਬੈਨਰ ਦੀਆਂ ਵੈੱਬ ਸੀਰੀਜ਼ ਛੱਡਤੀਆਂ ਸਿਰਫ ਇਸ ਚੱਕਰ 'ਚ ਵੀ ਮੈਨੂੰ ਕਰੈਕਟਰ ਪਸੰਦ ਨਹੀਂ ਸੀ। ਮੈਂ ਕਿਹਾ ਜੀ ਮੇਰੇ ਕਰਨ ਦਾ ਕੰਮ ਹੀ ਨਹੀਂ ਹੈ। ਬਹੁਤ ਸਾਰੇ ਫਿਰ ਲੋਕਾਂ ਨੇ ਡਿਸਕਸ ਵੀ ਕੀਤੀ ਵੀ ਕੀ ਮੈਂ ਠੀਕ ਕੀਤਾ ਗਲਤ ਕੀਤਾ, ਉਹਦੇ ਵਿੱਚੋਂ ਬਹੁਗਿਣਤੀ ਲੋਕਾਂ ਨੇ ਕਿਹਾ ਨਹੀਂ ਨਹੀਂ ਤੂੰ ਗਲਤ ਕੀਤਾ, ਇਹ ਕਲਾਕਾਰ ਦੀ ਗਰੋਥ ਰੁਕ ਜਾਂਦੀ ਹੈ। ਮੈਂ ਕਿਹਾ ਵੀ ਜੇ ਸਿਨੇਮੇ ਜਾ ਕੇ ਅਸੀਂ ਗਾਲਾਂ ਕੱਢਣੀਆਂ ਉਹ ਕਿਹੜੀ ਗਰੋਥ ਹੁੰਦੀ ਹੈ? ਸੋ ਮੈਂ ਸਮਝਦਾ ਕਿ ਅਸੀਂ ਸਿਰਫ ਇੱਕੋ ਇੱਕ ਚੀਜ਼ ਚਾਹੁੰਦੇ ਸੀ ਕਿ ਸਾਨੂੰ ਲੱਗਦਾ ਸੀ ਕਿ ਉਸ ਸਿਨੇਮੇ ਦਾ ਹਿੱਸਾ ਬਣੀਏ ਜਿਹੜਾ ਸਿਨੇਮੇ ਲਈ ਅਸੀਂ ਪ੍ਰਾਊਡਲੀ ਕਹਿ ਸਕੀਏ ਕਿ ਮੈਂ ਇਸ ਚੀਜ਼ ਦਾ ਹਿੱਸਾ ਪਾਰਟ ਹਾਂ। ਮਨਸੂਬਾ ਫਿਲਮ ਕਰਦੇ ਹਾਂ ਜਿਵੇਂ ਅਸੀਂ ਅਸੀਸ ਫਿਲਮ ਕਰਦੇ ਹਾਂ, ਜਿਵੇਂ ਅਸੀਂ ਰਣਵੀਰ ਦੀਆਂ ਦੂਜੀਆਂ ਫਿਲਮਾਂ ਕੀਤੀਆਂ। ਸੋ ਅਸੀਂ ਹਰ ਬੰਦੇ ਨੂੰ, ਹਰ ਆਪਣੇ ਭੈਣ ਭਾਈ ਨੂੰ, ਹਰ ਧੀ ਪੁੱਤ ਨੂੰ ਕਹਿ ਸਕਦੇ ਹਾਂ ਮੈਂ ਫਲਾਣੀ ਫਿਲਮ ਕਰਕੇ ਆਇਆ ਬੜੀ ਸ਼ਾਨ ਦੇ ਨਾਲ। ਜਿਹੜੀ ਚੀਜ਼ ਕਰਕੇ ਮੈਨੂੰ ਆਪ ਖੁਦ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ, ਜਿਹੜੀ ਚੀਜ਼ ਸਿਨੇਮੇ 'ਚ ਲਿਆ ਕੇ ਮੈਂ ਆਪਣੀ ਫੈਮਿਲੀ ਨੂੰ ਨਾ ਦਿਖਾ ਸਕਾਂ, ਉਹ ਕੰਮ ਮੈਂ ਕਿਉਂ ਕਰਾਂ? ਸੋ ਅਸੀਂ ਇਹੋ ਜਿਹੀ ਤਬੀਅਤ ਦੇ ਮਾਲਕ ਹਾਂ। ਜੋ ਲੋਕ ਕਰਦੇ ਨੇ ਉਹਨਾਂ ਦੇ ਹਿੱਸਾ, ਉਹਨਾਂ ਦੀ ਮਰਜ਼ੀ ਹੈ, ਉਹ ਜਿਵੇਂ ਕਰਦੇ ਨੇ ਉਹ ਕਰ ਸਕਦੇ ਨੇ ਲੋਕ। ਬਹੁਗਿਣਤੀ ਲੋਕਾਂ ਨੇ ਕਿਹਾ ਨਹੀਂ ਨਹੀਂ ਤੂੰ ਗਲਤ ਕੀਤਾ, ਇਹ ਕਲਾਕਾਰ ਦੀ ਗਰੋਥ ਰੁਕ ਜਾਂਦੀ ਹੈ। ਮੈਂ ਕਿਹਾ ਵੀ ਜੇ ਸਿਨੇਮੇ ਜਾ ਕੇ ਅਸੀਂ ਗਾਲਾਂ ਕੱਢਣੀਆਂ ਉਹ ਕਿਹੜੀ ਗਰੋਥ ਹੁੰਦੀ ਹੈ? ਜਿਹੜੀ ਚੀਜ਼ ਕਰਕੇ ਮੈਨੂੰ ਆਪ ਖੁਦ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ, ਜਿਹੜੀ ਚੀਜ਼ ਸਿਨੇਮੇ 'ਚ ਲਿਆ ਕੇ ਮੈਂ ਆਪਣੀ ਫੈਮਿਲੀ ਨੂੰ ਨਾ ਦਿਖਾ ਸਕਾਂ, ਉਹ ਕੰਮ ਮੈਂ ਕਿਉਂ ਕਰਾਂ? ਬਹੁਤ ਵਾਰ ਮੈਨੂੰ ਇਹੋ ਜਿਹੀ ਫਿਲਮਾਂ ਦੀ ਵੀ ਔਫਰ ਆਏ ਵੀ ਤੁਸੀਂ ਆਹ ਫਿਲਮਾਂ ਜਾਪ ਕਰਨ, ਖਾਸ ਕਰਕੇ ਓ ਟੀ ਟੀ 'ਤੇ ਜਿਹੜੀਆਂ ਵੈੱਬ ਸੀਰੀਜ਼ ਬਣਦੀਆਂ ਨੇ। ਮੈਂ 16-17 ਵੱਡੇ ਬੈਨਰ ਦੀਆਂ ਵੈੱਬ ਸੀਰੀਜ਼ ਛੱਡਤੀਆਂ ਸਿਰਫ ਇਸ ਚੱਕਰ 'ਚ ਵੀ ਮੈਨੂੰ ਕਰੈਕਟਰ ਪਸੰਦ ਨਹੀਂ ਸੀ। ਮੈਂ ਕਿਹਾ ਜੀ ਮੇਰੇ ਕਰਨ ਦਾ ਕੰਮ ਹੀ ਨਹੀਂ ਹੈ। ਬਹੁਤ ਸਾਰੇ ਫਿਰ ਲੋਕਾਂ ਨੇ ਡਿਸਕਸ ਵੀ ਕੀਤੀ ਵੀ ਕੀ ਮੈਂ ਠੀਕ ਕੀਤਾ ਗਲਤ ਕੀਤਾ।